ਘੱਗਰ ਦਰਿਆ ਦੇ ਕੰਢੇ ਵਸਦੇ ਪਿੰਡਾਂ ਦੇ ਲੋਕਾਂ ਨੂੰ ਤੇ ਪਿੰਡ ਵਾਸੀਆਂ ਨੂੰ ਪਾਣੀ ਦੀ ਮਾਰ ਹੜਾਂ ਦੀ ਮਾਰ ਤੋਂ ਬਚਾਉਣ ਲਈ ਇੱਕ ਕਰੀਬ 33 ਸਾਲ ਪਹਿਲਾਂ ਸਟੈਂਡਿੰਗ ਕਮੇਟੀ ਹੋਂਦ ਵਿੱਚ ਆਈ ਸੀ। 33 ਸਾਲ ਹੋ ਚੁੱਕੇ ਲੇਕਿਨ ਉਸ ਸਟੈਂਡਿੰਗ ਕਮੇਟੀ ਦਾ ਕੰਮ ਨਹੀਂ ਨਿਬੜਿਆ। 1100 ਕਰੋੜ ਰੁਪਏ ਦਾ ਪ੍ਰੋਜੈਕਟ ਸੀ ਤੇ 320 ਕਿਲੋਮੀਟਰ ਅਗਰ ਉਹ ਪ੍ਰੋਜੈਕਟ ਕੰਪਲੀਟ ਹੋ ਜਾਂਦਾ ਤੇ ਘੱਗਰ ਦੀ ਮਾਰ ਹੇਠ ਜਿਹੜੇ ਪਿੰਡ ਹਰ ਵਾਰ ਹੜਾਂ ਦੀ ਕਰਕੇ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਉਹ ਬਚ ਜਾਣਾ ਸੀ। ਲੇਕਿਨ 33 ਸਾਲ ਹੋ ਚੁੱਕੇ ਨੇ ਉਹ ਕੰਮ ਨੇਪਰੇ ਚੜਿਆ ਨਹੀਂ। ਵਜ੍ਹਾ ਕੀ ਹੈ? ਨਾ ਹੀ ਹਰਿਆਣਾ ਸਰਕਾਰ ਨੇ ਤੇ ਨਾ ਹੀ ਰਾਜਸਥਾਨ ਨੇ NOC ਜਾਰੀ ਕੀਤੀ, ਜਿਹੜੇ ਹਮੇਸ਼ਾ ਕਈ ਦਹਾਕਿਆਂ ਤੋਂ ਪਾਣੀ ਦੇ ਮਸਲੇ ਦੇ ਵਿੱਚ ਪੰਜਾਬ ਦੇ ਨਾਲ ਰਾਜਸਥਾਨ ਵੀ ਲੜਦਾ ਤੇ ਹਰਿਆਣਾ ਵੀ ਲੜਦਾ ਹੈਗਾ। ਲੇਕਿਨ NOC ਨਹੀਂ ਦਿੱਤੀ, ਜਿਸ ਕਰਕੇ 1100 ਕਰੋੜ ਰੁਪਏ ਦਾ ਪ੍ਰੋਜੈਕਟ ਵਿਚਾਲੇ ਹੀ ਰੁਕ ਗਿਆ। ਪੂਰਾ ਮਸਲਾ ਕੀ ਆ, ਇਹ ਕਦੋਂ ਹੋਂਦ ਵਿੱਚ ਆਈ ਸੀ ਤੇ ਵਜ੍ਹਾ ਕੀ ਸੀ? ਕੰਪਲੀਟ ਵਿਸਤਾਰ ਦੇ ਨਾਲ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਕਿ ਕਿਵੇਂ ਪੰਜਾਬ ਦੇ ਨਾਲ ਪਲ ਪਲ 'ਤੇ ਧੱਕਾ ਹੋਇਆ ਅਤੇ ਪਾਣੀਆਂ ਨਾਲ ਲੜਦੇ ਜਿਹੜੇ ਪੰਜਾਬ ਨਾਲ ਸੂਬੇ ਨੇ ਉਹ ਕਿੰਨੇ ਉਹਨਾਂ ਦੀ ਨੀਅਤ ਮਾੜੀ ਆ, ਜਿਸ ਕਰਕੇ ਹਮੇਸ਼ਾ ਘੱਗਰ ਦਰਿਆ ਦੇ ਵਸਦੇ ਪਿੰਡ ਵਾਸੀਆਂ ਨੂੰ ਜਾਨੀ ਅਤੇ ਮਾਲੀ ਉਹਨਾਂ ਦਾ ਨੁਕਸਾਨ ਹੁੰਦਾ। ਲੋਕਾਂ ਨੂੰ ਪਾਣੀ ਦੀ ਮਾਰ ਤੋਂ ਬਚਾਉਣ ਲਈ ਕਰੀਬ 33 ਸਾਲ ਪਹਿਲਾਂ ਘੱਗਰ ਸਟੈਂਡਿੰਗ ਕਮੇਟੀ ਹੋਂਦ ਵਿੱਚ ਆਈ ਸੀ, ਪਰ ਇਹ ਕਮੇਟੀ 320 ਕਿਲੋਮੀਟਰ ਲੰਮੇ ਇਸ ਮੌਸਮੀ ਦਰਿਆ ਦੇ ਕਹਿਰ ਨੂੰ ਠੱਲਣ ਲਈ ਕੋਈ ਵੀ ਯੋਜਨਾ ਤਿਆਰ ਨਹੀਂ ਕਰ ਸਕੀ। 1990 ਵੇਲੇ ਇਹ ਜਿਹੜੀ ਕਮੇਟੀ ਹੈ, ਸਟੈਂਡਿੰਗ ਕਮੇਟੀ ਘੱਗਰ ਹੋਂਦ ਵਿੱਚ ਆਈ ਸੀ ਅਤੇ ਜਿਸ ਵਿੱਚ ਕੇਂਦਰੀ ਜਲ ਕਮਿਸ਼ਨ ਦੇ ਰਿਵਰ ਮੈਨੇਜਮੈਂਟ ਕਮੇਟੀ ਵਿੰਗ ਦੀ ਅਗਵਾਈ ਹੇਠ ਇਸ ਕਮੇਟੀ ਦਾ ਗਠਨ ਕੀਤਾ ਗਿਆ ਸੀ, ਜਿਸ ਵਿੱਚ ਕੇਂਦਰੀ ਜਲ ਸਰੋਤ ਮੰਤਰਾਲੇ ਦਾ ਕਮਿਸ਼ਨਰ, ਡਾਇਰੈਕਟਰ ਬੇਸਨ ਯੋਜਨਾ ਅਤੇ ਪ੍ਰਬੰਧਨ ਸਥਾਨ, ਇਸ ਤੋਂ ਇਲਾਵਾ ਉੱਤਰੀ ਰੇਲਵੇ ਬ੍ਰਿਜ ਦੇ ਚੀਫ ਇੰਜੀਨੀਅਰ, ਪੰਜਾਬ ਅਤੇ ਹਰਿਆਣਾ ਦੇ ਡਰੇਨਜ਼ ਵਿਭਾਗਾਂ ਦੇ ਚੀਫ ਇੰਜੀਨੀਅਰ, ਰਾਜਸਥਾਨ ਸਿੰਚਾਈ ਵਿਭਾਗ ਦੇ ਚੀਫ ਇੰਜੀਨੀਅਰ ਨੂੰ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਸੀ। ਇਸ ਮਸਲੇ ਦੇ ਵਿੱਚ ਸੁਪਰੀਮ ਕੋਰਟ ਨੇ 15 ਨਵੰਬਰ 2022 ਦੇ ਹੁਕਮਾਂ ਮਗਰੋਂ ਪੰਜਾਬ ਸਰਕਾਰ ਵੱਲੋਂ ਘੱਗਰ ਲਈ ਕਰੀਬ 1104 ਕਰੋੜ ਰੁਪਏ ਦਾ ਇੱਕ ਵਿਸਤਾਰਤ ਪ੍ਰੋਜੈਕਟ ਰਿਪੋਰਟ CEW ਨੂੰ ਸੌਂਪੀ ਸੀ, ਪਰ ਹਰਿਆਣਾ ਅਤੇ ਰਾਜਸਥਾਨ ਸਰਕਾਰਾਂ ਵੱਲੋਂ NOC ਨਾ ਦੇਣ ਕਰਨਗੇ ਪ੍ਰੋਜੈਕਟ ਅਮਲ ਵਿੱਚ ਲਿਆਂਦਾ ਨਹੀਂ ਜਾ ਸਕਿਆ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਮਕਰੋੜ ਸਾਹਿਬ ਤੋਂ ਕਰੈਲ ਸਟੇਸ਼ਨ ਤੱਕ ਘੱਗਰ ਨੂੰ ਚੌੜਾ ਕਰਨ ਸੰਬੰਧੀ 269 ਕਰੋੜ ਰੁਪਏ ਦੀ ਇੱਕ ਵੱਖਰੀ ਯੋਜਨਾ ਵੀ ਤਿਆਰ ਕੀਤੀ ਗਈ ਸੀ ਤਾਂ ਜੋ ਇਸ ਖੇਤਰ ਵਿੱਚ ਘੱਗਰ ਵੱਲੋਂ ਕੀਤੀ ਜਾਂਦੀ ਤਬਾਹੀ ਨੂੰ ਘਟਾਇਆ ਜਾ ਸਕੇ। ਹਾਲਾਂਕਿ ਇਸ ਸੰਬੰਧੀ ਹਰਿਆਣਾ ਸਰਕਾਰ ਨੇ ਇਹ ਕਹਿ ਕੇ ਸਹਿਮਤੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਘੱਗਰ ਦਾ ਘੇਰਾ ਵਧਾਉਣ ਨਾਲ ਹਰਿਆਣਾ ਵਿੱਚ ਵੱਧ ਤਬਾਹੀ ਹੋ ਸਕਦੀ ਹੈ। ਸੂਤਰਾਂ ਅਨੁਸਾਰ ਨਵੰਬਰ 2021 ਤੋਂ ਬਾਅਦ ਹੁਣ ਤੱਕ ਘੱਗਰ ਸਟੈਂਡਿੰਗ ਕਮੇਟੀ ਦੀ ਕੋਈ ਵੀ ਮੀਟਿੰਗ ਨਹੀਂ ਹੋਈ। ਇੱਕ ਉੱਚ ਅਧਿਕਾਰੀ ਦਾ ਕਹਿਣਾ ਕਿ ਪੰਜਾਬ ਸਰਕਾਰ ਇਸ ਸਾਲ 10 ਮਾਰਚ ਨੂੰ ਸਟੈਂਡਿੰਗ ਕਮੇਟੀ ਨੂੰ ਪੱਤਰ ਭੇਜ ਕੇ ਹੜ੍ਹਾਂ ਤੋਂ ਪਹਿਲਾਂ ਇੱਕ ਸੈਸ਼ਨ ਸੱਦਣ ਲਈ ਕਿਹਾ ਗਿਆ ਸੀ। ਕਿਸੇ ਠੋਸ ਯੋਜਨਾ ਦੀ ਅਣਹੋਂਦ ਵਿੱਚ ਪੰਜਾਬ ਸਰਕਾਰ ਵੱਲੋਂ ਹਾਲ ਦੀ ਘੜੀ ਸਿਰਫ ਪਾੜ ਹੀ ਪੂਰੇ ਕੀਤੇ ਜਾ ਰਹੇ ਨੇ ਜੋ ਇਸ ਸਮੱਸਿਆ ਦਾ ਸਥਾਈ ਹੱਲ ਨਹੀਂ ਹੈ। ਦੀ ਟ੍ਰਿਬਿਊਨ ਦੇ ਬਿਊਰੋ ਚੀਫ ਸੰਜੀਵ ਸਿੰਘ ਬਰਿਆਣਾ ਵੱਲੋਂ ਲਿਖੀ ਖਬਰ ਦੇ ਤਹਿਤ ਜਿਹੜੀ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਨੇ ਉਹਦੇ 'ਚ ਇਹ ਵੀ ਜ਼ਿਕਰ ਕੀਤਾ ਗਿਆ ਕਿ ਸੂਬਾ ਸਰਕਾਰ ਨੇ ਇਸ ਸਾਲ ਘੱਗਰ ਦੀ ਸਫਾਈ ਲਈ ਆਪਣੇ ਫੰਡਾਂ ਵਿੱਚੋਂ 1.67 ਕਰੋੜ ਰੁਪਏ ਅਤੇ ਮਨਰੇਗਾ ਫੰਡਾਂ ਵਿੱਚੋਂ 1 ਕਰੋੜ ਰੁਪਏ ਖਰਚੇ ਹਨ। ਯੋਜਨਾਬੰਦੀ ਵਿੱਚ ਹੋ ਰਹੀ ਦੇਰੀ ਕਾਰਨ ਕਈ ਥਾਵਾਂ ਤੋਂ ਘੱਗਰ ਦੇ ਕਿਨਾਰੇ ਟੁੱਟ ਰਹੇ ਹਨ। ਇਸ ਤੋਂ ਬਿਨਾਂ ਫੈਕਟਰੀਆਂ ਵੱਲੋਂ ਇਸ ਵਿੱਚ ਪਾਏ ਜਾ ਰਹੇ ਦੂਸ਼ਿਤ ਪਾਣੀ ਸਦਕਾ ਇਹ ਪਾਣੀ ਮਨੁੱਖਾਂ ਅਤੇ ਜਾਨਵਰਾਂ ਲਈ ਵੀ ਜ਼ਹਿਰ ਬਣ ਗਿਆ। ਜ਼ਿਕਰਯੋਗ ਹੈ ਹਰਿਆਣਾ ਸਰਕਾਰ ਵੱਲੋਂ 2018 ਵਿੱਚ ਘੱਗਰ ਲਈ ਇੱਕ ਵੱਖਰਾ ਐਕਸ਼ਨ ਪਲਾਨ ਵੀ ਤਿਆਰ ਕੀਤਾ ਗਿਆ ਸੀ, ਲੇਕਿਨ ਸਭ ਤੋਂ ਵੱਡੀ ਦੁੱਖ ਵਾਲੀ ਗੱਲ ਆ ਕਿ ਜਿਹੜੀ ਘੱਗਰ ਸਟੈਂਡਿੰਗ ਕਮੇਟੀ ਬਣੀ ਸੀ ਸੈਂਟਰ ਸਰਕਾਰ ਦੀ ਅਗਵਾਈ ਹੇਠ, ਉਹਦੇ 'ਚ ਪੰਜਾਬ ਦੇ ਨੁਮਾਇੰਦੇ, ਹਰਿਆਣਾ ਦੇ ਨੁਮਾਇੰਦੇ, ਰਾਜਸਥਾਨ ਦੇ ਨੁਮਾਇੰਦੇ, ਸੈਂਟਰ ਦੇ ਨੁਮਾਇੰਦੇ, ਲੇਕਿਨ 33 ਸਾਲ ਪਹਿਲਾਂ ਜਿਹੜੀ ਬਣੀ ਕਮੇਟੀ ਆ ਉਹਨੇ ਕੋਈ ਵੀ ਮੀਟਿੰਗ ਨਹੀਂ ਕੀਤੀ। ਅਤੇ ਹਰ ਵਾਰ ਜਦੋਂ ਹੜ੍ਹ ਆਉਂਦੇ ਨੇ ਅਤੇ ਜਿਹੜਾ ਸਤਲੁਜ ਆ, ਬਿਆਸ ਆ ਅਤੇ ਘੱਗਰ, ਇਹ ਪੰਜਾਬ ਦਾ ਵੱਡੇ ਪੱਧਰ 'ਤੇ ਨੁਕਸਾਨ ਕਰਦਾ ਹੈ, ਜਾਨੀ ਵੀ ਅਤੇ ਮਾਲੀ ਵੀ। ਹੁਣ ਸਭ ਤੋਂ ਵੱਡੀ ਗੱਲ ਕਿ ਮੌਨਸੂਨ ਦੌਰਾਨ ਘੱਗਰ ਕਿਨਾਰੇ ਵਸੇ ਲਗਭਗ 22 ਕਸਬਿਆਂ ਦੇ ਅਤੇ ਪਿੰਡਾਂ ਨੂੰ ਹੜ੍ਹਾਂ ਦੀ ਮਾਰ ਝੱਲਣੀ ਪੈਂਦੀ ਹੈ। ਇਸ ਕਾਰਨ ਪੰਚਕੂਲਾ, ਡੇਰਾ ਬੱਸੀ, ਪਟਿਆਲਾ ਦੇ ਸ਼ਹਿਰੀ ਇਲਾਕਿਆਂ ਵਿੱਚ ਘੱਗਰ ਦੇ ਕੁਦਰਤੀ ਵਹਾਅ ਵਾਲੇ ਰਾਹ
ਤੇ ਕੀਤੇ ਗਏ ਨਜਾਇਜ਼ ਕਬਜ਼ੇ ਵੀ ਇੱਕ ਵੱਡਾ ਕਾਰਨ ਹੈ ਜੋ ਮੀਂਹ ਪੈਣ ਮਗਰੋਂ ਘੱਗਰ ਦੇ ਪਾਣੀ ਦੀ ਮਾਰ ਚੱਲਦੇ ਹਨ। ਮੌਨਸੂਨ ਤੋਂ ਇਲਾਵਾ ਲਗਭਗ ਸਾਰਾ ਸਾਲ ਕਈ ਥਾਵਾਂ 'ਤੇ ਘੱਗਰ ਲਗਭਗ ਗਾਇਬ ਹੋ ਜਾਂਦਾ ਹੈ, ਜਿਸ ਕਾਰਨ ਵੱਡੀ ਗਿਣਤੀ 'ਚ ਲੋਕ ਇਸ ਕੁਦਰਤੀ ਵਹਾਅ ਵਾਲੇ ਰਾਹ 'ਤੇ ਕਬਜ਼ਾ ਕਰ ਲੈਂਦੇ ਨੇ। ਇਸ ਤੋਂ ਬਿਨਾਂ ਹਿਮਾਚਲ ਪ੍ਰਦੇਸ਼ ਦੀਆਂ ਫੈਕਟਰੀਆਂ ਦੇ ਦੂਸ਼ਿਤ ਪਾਣੀ ਅਤੇ ਪੰਜਾਬ ਅਤੇ ਹਰਿਆਣਾ ਵੱਲੋਂ ਇਸ ਵਿੱਚ ਸੁੱਟਿਆ ਜਾਂਦਾ ਸੀਵਰੇਜ ਦਾ ਪਾਣੀ ਵੀ ਇਸ ਨੂੰ ਦੂਸ਼ਿਤ ਕਰ ਦਿੰਦਾ ਹੈ, ਜਿਸ ਕਰਕੇ ਮਨੁੱਖਾਂ, ਜਾਨਵਰ ਅਤੇ ਬਨਸਪਤੀ ਲਈ ਵੀ ਹਾਨੀਕਾਰਕ ਬਣ ਜਾਂਦਾ। ਹੁਣ ਸਭ ਤੋਂ ਵੱਡੀ ਗੱਲ, 1100 ਕਰੋੜ ਦਾ ਪ੍ਰੋਜੈਕਟ ਪਿਛਲੇ 33 ਸਾਲ ਤੋਂ ਰੁਕਿਆ ਹੋਇਆ, ਨਾ ਹਰਿਆਣਾ ਸਰਕਾਰ NOC ਦੇ ਰਿਹਾ, ਨਾ ਰਾਜਸਥਾਨ NOC ਦੇ ਰਿਹਾ, ਅਤੇ ਫਿਰ ਇਹ ਦੋਨੇ ਸੂਬੇ ਪੰਜਾਬ ਕੋਲੋਂ ਵੱਧ ਪਾਣੀ ਮੰਗਦੇ ਹੈਗੇ ਨੇ। ਪੰਜਾਬ ਕੋਲ ਇਹਨਾਂ ਲੋਕਾਂ ਨੇ ਪਾਣੀ ਖੋਇਆ, ਪੰਜਾਬ ਦੀਆਂ ਉਸ ਸਮੇਂ ਦੀਆਂ ਸਰਕਾਰਾਂ ਨੇ ਦਬਾਅ ਹੇਠ, ਸੈਂਟਰ ਦਾ ਦਬਾਅ ਸੀ, ਅਤੇ ਅੱਜ ਜਦੋਂ ਵੀ ਹੜ੍ਹ ਆਉਂਦੇ ਨੇ ਤਾਂ ਸਭ ਤੋਂ ਜ਼ਿਆਦਾ ਨੁਕਸਾਨ ਪੰਜਾਬ ਦਾ ਹੁੰਦਾ। 1947 ਤੋਂ ਲੈ ਕੇ 2023 ਤੱਕ ਪੰਜਾਬ 'ਚ 7 ਵਾਰਾਂ ਹੜ੍ਹ ਆ ਚੁੱਕੇ ਨੇ। 7 ਹੜ੍ਹਾਂ ਨੇ ਪੰਜਾਬ ਨੂੰ ਬਰਬਾਦ ਕੀਤਾ, ਜਾਨੀ ਤੌਰ 'ਤੇ ਵੀ, ਮਾਲੀ ਤੌਰ 'ਤੇ ਵੀ। ਇਸ ਮਸਲੇ ਵਿੱਚ ਨਾ ਕਦੀ ਹਰਿਆਣੇ ਦਾ ਨੁਕਸਾਨ ਹੋਇਆ, ਨਾ ਰਾਜਸਥਾਨ ਦਾ। ਲੇਕਿਨ ਜੇ ਇਹ ਘੱਗਰ ਸਟੈਂਡਿੰਗ ਕਮੇਟੀ ਦੀ ਲਾਗੂ ਹੋ ਜਾਂਦਾ, ਪੂਰਾ ਮਸਲਾ 1100 ਕਰੋੜ ਰੁਪਏ ਦਾ ਪ੍ਰੋਜੈਕਟ ਕੰਪਲੀਟ ਹੋ ਜਾਂਦਾ, 320 ਕਿਲੋਮੀਟਰ ਲੰਮੇ ਇਸ ਮੌਸਮੀ ਦਰਿਆ ਦੇ ਕਹਿਰ ਨੂੰ ਠੱਲਣ ਲਈ ਜਿਹੜੀ ਯੋਜਨਾ ਬਣਾਈ ਗਈ ਸੀ, ਜੇ ਉਹ ਸਿਰੇ ਚੜ੍ਹ ਜਾਂਦੀ ਹੈਗੀ ਤਾਂ ਹਰ ਵਾਰ ਘੱਗਰ ਦੀ ਮਾਰ ਹੇਠ ਪੰਜਾਬ ਦੇ ਵੱਸਦੇ ਘੱਗਰ ਦਰਿਆਵਾਂ ਦੇ ਕੰਢੇ ਪਿੰਡਾਂ ਦਾ ਨੁਕਸਾਨ ਨਹੀਂ ਹੁੰਦਾ। ਘੱਗਰ ਜਾ ਕੇ ਸਰਦੂਲਗੜ੍ਹ ਦੇ ਆਖਰੀ ਪਿੰਡਾਂ ਤੱਕ ਮਾਰ ਕਰਦਾ ਹੈਗਾ, ਜਿਹੜੀ ਅੱਜ ਵੀ ਸਾਹਮਣੇ ਲੋਕਾਂ ਦੀ ਮਿਸਾਲ ਆ। ਦੇਖਦੇ ਹਾਂ ਕਿ ਇਸ ਮਸਲੇ 'ਚ ਹੁਣ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਇਸ ਮਸਲੇ 'ਤੇ ਹਰਿਆਣਾ ਸਰਕਾਰ ਨਾਲ, ਰਾਜਸਥਾਨ ਸਰਕਾਰ ਨਾਲ, ਜਾਂ ਸੈਂਟਰ ਸਰਕਾਰ ਦੇ 'ਤੇ ਦਬਾਅ ਪਾਉਣਗੇ ਕਿ ਇਹ ਜਿਹੜੀ ਕਮੇਟੀ ਆ ਉਹਦੀ ਕਮੇਟੀ ਦੀ ਮੀਟਿੰਗ ਹੋਵੇ, ਅਤੇ ਆਹ ਜਿਹੜਾ 320 ਕਿਲੋਮੀਟਰ ਵਾਲਾ ਪ੍ਰੋਜੈਕਟ ਆ ਇਹ ਜਲਦੀ ਹੋਂਦ ਵਿੱਚ ਲਿਆਂਦਾ ਜਾਵੇ, ਅਤੇ ਜਿਹੜੇ 1100 ਕਰੋੜ ਰੁਪਏ ਦਾ ਪ੍ਰੋਜੈਕਟ ਪਿਛਲੇ 33 ਸਾਲ ਤੋਂ ਲੱਟ ਗਿਆ ਉਹਨੂੰ ਮੁਕੰਮਲ ਕੀਤਾ ਜਾਵੇ, ਤਾਂ ਜੋ ਘੱਗਰ ਦੀ ਮਾਰ ਹੇਠ ਲੋਕ ਬਚ ਜਾਣ, ਪਾਣੀ ਤੋਂ ਬਚ ਜਾਣ, ਹੜ੍ਹਾਂ ਤੋਂ ਬਚ ਜਾਣ, ਜਾਨੀ ਅਤੇ ਮਾਲੀ ਨੁਕਸਾਨ ਨਾ ਹੋਵੇ। ਦੇਖਦੇ ਹਾਂ ਇਸ ਮਸਲੇ ਦੇ ਵਿੱਚ ਪੰਜਾਬ ਸਰਕਾਰ ਕਿੰਨੇ ਜ਼ੋਰ ਸ਼ੋਰ ਦੇ ਨਾਲ ਇਹ ਆਵਾਜ਼ ਉਠਾਉਂਦੀ ਆ। ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ, ਪੰਜਾਬ ਦੇ ਲੋਕ ਸਭਾ ਮੈਂਬਰ ਅਤੇ ਰਾਜ ਸਭਾ ਮੈਂਬਰਾਂ ਨੂੰ ਵੀ ਚਾਹੀਦਾ ਕਿ ਇਸ ਮਸਲੇ ਦੇ ਵਿੱਚ ਇਹ ਮੁੱਦਾ ਉਠਾਉਣ, ਤਾਂ ਜੋ ਸੈਂਟਰ ਸਰਕਾਰ ਨੂੰ ਪਤਾ ਲੱਗ ਸਕੇ ਕਿ ਪੰਜਾਬ ਦਾ ਹਰ ਵਾਰ ਹੜ੍ਹਾਂ ਦੇ ਕਾਰਨ ਕਿੰਨਾ ਨੁਕਸਾਨ ਹੁੰਦਾ। ਫਿਲਹਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ। ਧੰਨਵਾਦ।